ਆਪਾਂ ਚੈਪਟਰ 3 ਮੈਟ੍ਰਿਸਿਸ ਕਰਦੇ ਪਏ ਸੀ, ਉਹਦੀਆਂ ਟਾਈਪਸ ਕਰਦੇ ਪਏ ਸੀ। ਟਾਈਪਸ ਵਿੱਚ ਆਪਾਂ ਕਿਹੜੀ ਕਿਹੜੀ ਟਾਈਪ ਕੀਤੀ ਹੈ? ਰੋ ਮੈਟ੍ਰਿਕਸ, ਕੋਲਮ ਮੈਟ੍ਰਿਕਸ ਤੇ ਦੋ ਮੈਟ੍ਰਿਸਿਸ ਦੀ ਟਾਈਪਸ ਕੀਤੀਆਂ। ਹੁਣ ਸਕੁਅਰ ਮੈਟ੍ਰਿਕਸ, ਹੁਣ ਆਪਾਂ ਜਿਹੜੀ ਟਾਈਪ ਕਰਨੀ ਉਹ ਕਿਹੜੀ ਹੈ? ਸਕੁਅਰ। ਸਕੁਅਰ ਮੈਟ੍ਰਿਕਸ ਦਾ ਮਤਲਬ ਉਹਨੇ ਦੱਸਿਆ ਸੀ। ਸਕੁਅਰ ਸ਼ਬਦ ਪੰਜਾਬੀ ਚ ਕੀ ਕਹਿੰਦੇ ਆ? ਵਰਡ। ਕੀ ਖਾਸੀਅਤ ਹੈ ਵਰਡ ਜਾਂ ਸਕੁਅਰ ਦੀ, ਕਿਸੇ ਨੂੰ ਪਤਾ? ਸਾਰੀਆਂ ਭੁਜਾਵਾਂ ਵੀ ਹੁੰਦੀਆਂ ਬਰਾਬਰ। ਇੱਥੇ ਸਕੁਅਰ ਮੈਟ੍ਰਿਕਸ ਦਾ ਉੱਤੋਂ ਹੀ ਮਤਲਬ ਚੱਕਿਆ ਗਿਆ ਹੈ ਕਿ ਜਿੰਨੀਆਂ ਰੋਜ਼ ਤੇ ਕੋਲਮਸ ਕੀ ਹੋਣ? ਬਰਾਬਰ। ਯਾਨੀ ਕਿ ਜੇ ਰੋ 2 ਹੈ ਤਾਂ ਕੋਲਮਸ ਵੀ ਕੀ ਹੋਣ? 2 ਮੰਨ ਲਓ ਕੋਈ ਵੀ ਨੰਬਰ। ਜੇ 3 ਹੈ ਤਾਂ ਆ ਵੀ ਕੀ ਹੋਵੇ? 3। ਜਿੰਨੇ ਨੰਬਰ ਆਫ ਰੋਸ ਤੇ ਨੰਬਰ ਆਫ ਕੋਲਮਸ ਆਪਸ ਕੀ ਹੈ ਬਰਾਬਰ, ਉਹਨੂੰ ਕਹਿੰਦੇ ਆ ਸਕੁਅਰ ਮੈਟ੍ਰਿਕਸ। ਇਹ ਸਕੁਅਰ ਮੈਟ੍ਰਿਕਸ ਸ਼ਬਦ ਸਕੁਅਰ ਤੋਂ ਹੀ ਚੱਕਿਆ ਗਿਆ, ਜਿੰਨੀਆਂ ਸਾਰੀਆਂ ਭੁਜਾਵਾਂ ਕੀ ਹੁੰਦੀਆਂ? ਬਰਾਬਰ। ਸਮਝਣਾ। ਉਸ ਤੋਂ ਬਾਅਦ ਅਗਲੀ ਟਾਈਪ ਹੈ ਡਾਇਗਨਲ ਮੈਟ੍ਰਿਕਸ। ਡਾਇਗਨਲ ਸ਼ਬਦ ਦੇਖੋ, ਹੁਣ ਮੈਟ੍ਰਿਕਸ ਨਵੀਂ ਚੀਜ਼ ਹੈ, ਪਰ ਡਾਇਗਨਲ ਸਕੁਅਰ ਇਹ ਤਾਂ ਆਪਾਂ 6ਵੀਂ ਤੋਂ ਪੜ੍ਹਦੇ ਆ ਰਹੇ ਹਾਂ। ਮੈਥ ਵਿੱਚ ਨਾ ਇਹੀ ਚੀਜ਼ ਖਾਸੀਅਤ ਹੈ। ਦੇਖੋ ਦੂਜੇ ਤੁਸੀਂ ਸਬਜੈਕਟ ਲੈ ਲਓ, ਸਾਇੰਸ, ਐਸਐਸ, ਉਹਦੇ 'ਚ ਹਰ ਵਾਰ ਨਵੀਆਂ ਚੀਜ਼ਾਂ। ਹਿਸਟਰੀ ਪੜ੍ਹਨੀ ਹੈ ਪੰਜਾਬ ਦੀ ਕੋਈ ਹੋਰ, ਫਿਰ ਅੱਗੇ ਗੁਰੂਆਂ ਜੀ ਦਾ ਆ ਗਿਆ, ਫਿਰ ਅੱਗੇ ਕੋਈ ਹੋਰ ਮੁਗਲਾਂ ਦਾ ਆ ਗਿਆ, ਅਲੱਗ ਅਲੱਗ ਹੈ ਨਾ। ਮੈਥ ਵਿੱਚ 4 ਚੀਜ਼ਾਂ, ਪਲੱਸ ਮਾਈਨਸ ਮਲਟੀਪਲਾਈ ਡਿਵਾਈਡ, ਇਹੀ ਚੀਜ਼ਾਂ ਹਰ ਨਵੇਂ ਤਰ੍ਹਾਂ ਦੇ ਨੰਬਰਾਂ ਤੇ। ਪਹਿਲਾਂ ਛੋਟੇ ਹੁੰਦੇ ਤੁਸੀਂ ਗਿਣਤੀ 'ਚ, ਸਿੰਪਲਾਂ 'ਚ ਜੋੜ ਘਟਾਉਣਾ ਭਾਗ ਸਿੱਖੀ ਸੀ, ਹੈ ਇੱਦਾਂ ਦੇ ਨੰਬਰਾਂ 'ਚ ਜੋੜ ਘਟਾਉਣਾ ਭਾਗ ਸਿੱਖੀ। ਥੋੜ੍ਹੇ ਵੱਡੇ ਹੋਏ ਫਰੈਕਸ਼ਨ ਵੱਡੀਆਂ ਵੀ 'ਚ ਜੋੜ ਘਟਾਉਣਾ ਭਾਗ ਸਿੱਖੀ। ਉਸ ਤੋਂ ਥੋੜ੍ਹੇ ਵੱਡੇ 9ਵੀਂ 10ਵੀਂ 'ਚ ਆ ਗਏ ਤਾਂ ਇਰੈਸ਼ਨਲ ਨੰਬਰਾਂ ਵਿੱਚ ਜੋੜ ਘਟਾਉਣਾ ਭਾਗ ਸਿੱਖੀ, ਹੈ ਨਾ। ਹੁਣ 11ਵੀਂ 'ਚ ਆ ਗਏ ਤਾਂ ਤੁਸੀਂ ਆਇਕਾ ਕੀਤਾ, ਉਹਦੇ 'ਚ ਜੋੜ ਘਟਾਉਣਾ ਭਾਗ ਸਿੱਖੀ। ਮਤਲਬ ਗੱਲ ਤਾਂ ਬੇਸਿਕ 4 ਚੀਜ਼ਾਂ ਹੈ ਆਪਰੇਸ਼ਨ। ਹਰ ਕਲਾਸ 'ਚ ਇੱਕ ਨਵਾਂ ਟੋਪਿਕ ਹੈ ਨਾ, ਉਹਦੇ 'ਚ ਆਪਾਂ ਸਾਰੀਆਂ ਚੀਜ਼ਾਂ ਸਿੱਖਦੇ। ਉਵੇਂ ਮੈਥ ਵਿੱਚ ਕੁਛ ਚੀਜ਼ਾਂ ਬੇਸਿਕ ਹੈ, ਬਸ ਉਹਨੂੰ ਨਵੇਂ 'ਚ ਕਿਵੇਂ ਢਾਲਣਾ ਇਹ ਗੱਲ। ਹੁਣ ਡਾਇਗਨਲ ਸ਼ਬਦ ਕੀ ਹੁੰਦਾ? ਆਕ੍ਰਿਤੀ ਬਣਾਉਣੀ ਹੈ ਮੈਂ ਆਪ, ਠੀਕ ਹੈ, ਇਹ ਕੀ ਹੈ? ਕੋਈ ਵੀ ਆਕ੍ਰਿਤੀ ਹੈ, ਮੰਨ ਲਓ ਵਰਗ ਹੈ, ਸਕੁਅਰ ਹੈ। ਹੁਣ ਇਹਦਾ ਕੋਈ ਡਾਇਗਨਲ ਦੱਸੂਗਾ? ਡਾਇਗਨਲ ਦਾ ਮਤਲਬ ਹੁੰਦਾ ਹੈ ਇਹਦੇ ਸਾਹਮਣੇ ਵਾਲਾ ਬਿੰਦੂ ਜੋੜਨਾ। ਇੱਕ ਲਾਈਨ ਜਿਹੜੀ ਆਮਣੇ ਸਾਹਮਣੇ ਨੂੰ ਕੀ ਕਰਦੀ ਹੈ? ਇਹਦੇ ਚ ਕੋ ਡਾਇਗਨਲ ਬਣ ਸਕਦਾ ਕਿਹੜਾ? ਟੀ ਤੇ ਬੀ, ਠੀਕ ਹੈ। ਹੁਣ ਡਾਇਗਨਲ ਮੈਟ੍ਰਿਕਸ ਕੀ ਹੈ? ਆ ਡਾਇਗਨਲ ਪਤਾ ਚੱਲ ਗਿਆ ਨਾ ਆਪਣੀਆਂ, ਇਹਦੇ ਤੋਂ ਹੀ ਬਣਿਆ ਡਾਇਗਨਲ ਮੈਟ੍ਰਿਕਸ। ਮੰਨ ਲਓ ਮੈਂ 2x2 ਦਾ ਲੈ ਲੂੰਗੀ, ਜਾਂ ਮੈਂ ਲਿਖਾ ਲਿਆ 2x2 ਦਾ ਲੈ ਲੂੰਗੀ, ਹੈ ਨਾ। ਇੱਕ ਮਿੰਟ ਮੈਂ ਨੰਬਰ ਲਿਖ ਲੂੰਗੀ। ਹੁਣ ਇਹਦੇ 'ਚ ਡਾਇਗਨਲ ਦੱਸੋ ਕਿਹੜਾ? 1 ਤੇ 4 ਡਾਇਗਨਲ ਤਾਂ ਉਹ ਕਹਿੰਦਾ ਜਿਹੜਾ ਡਾਇਗਨਲ ਮੈਟ੍ਰਿਕਸ ਵਿੱਚ ਜਿਹੜਾ ਡਾਇਗਨਲ ਹੈ ਉੱਤੇ ਇਕੱਲੇ ਨੰਬਰ ਲਿਖੇ ਹੋਣੇ ਚਾਹੀਦੇ ਆ, ਬਾਕੀ ਕੀ ਹੋਣੀਆਂ ਚਾਹੀਦੀਆਂ? ਜਿਹੜਾ ਪਹਿਲਾਂ ਡਾਇਗਨਲ ਹੈ ਉੱਤੇ ਨੰਬਰ ਲਿਖੇ ਹੋਣੇ ਚਾਹੀਦੇ, ਚਾਹੇ ਮਾਈਨਸ ਵਾਲੇ ਚਾਹੇ ਪਲੱਸ ਵਾਲੇ ਜਿਹੜੇ ਨੰਬਰ, ਤੇ ਬਾਕੀ ਸਾਰੇ ਐਲੀਮੈਂਟਸ ਕੀ ਹੋਣੇ ਚਾਹੀਦੇ ਆ? 2x2 ਦਾ ਸੀ, ਮੰਨ ਲਓ ਮੈਂ 3x3
बाकी सारे की होने चाहिए हैं। समझ रहा है? इनकी कहने डायगनल मैट्रिक्स केड़ी मैट्रिक्स होगी? स्क्वायर मैट्रिक्स ही हो ताई ओदे डायगनल एलिमेंट्स जीरो ते बाकी होगा। हर हां चोंदे नंबर ऑफ रोस ते कॉलम्स की होंगे? सही है भाई। स्केलर मैट्रिक्स विच की कहंदा डायगनल एलिमेंट्स सेम होने चाहिए वो डायगनल मैट्रिक्स। हां जी बिल्कुल सही किया बेटा। डायगनल मैट्रिक्स होवे पर उन्हें जिन्हें डायगनल एंट्रीज और वो की होना मान लो पांच पांच ते पांच डायगनल एलिमेंट्स की होन सेम उन्हें की कहने हैं स्केलर। हुन एंदे च इक गल होर कह देनी है आइडेंटिटी मैट्रिक्स। आइडेंटिटी दा मतलब हुंदा है कि जिंदियां सारियां डायगनल एलिमेंट्स इक ही होगा इक नंबर ही लिखा होगा उन्हों आइडेंटिटी मैट्रिक्स कहते हैं। जिवें इत्थे डायगनल एलिमेंट्स से पहला की लिखा है बाकी सारे जीरो है तो इन्हों की कहेंगे आइडेंटिटी। समझ रहे हो? आप मैट्रिक्स की समझ ली की हुंदा मैट्रिक्स कि मैथ विच ब्रैकटां विच कुछ नंबरां नूं कुछ नियम दे अनुसार तरीके नाल लिखना उन्हों की कहने हैं मैट्रिक्स टाइप्स का। समझ लगी? पक्की गल चलो। जीरो मैट्रिक्स सारे एलिमेंट्स की होंगे उन्हों नल मैट्रिक्स ही कहने हैं। नल मतलब होंगे खाली। समझ लगी? अगे टॉपिक है इक्वालिटी ऑफ मैट्रिक्स। अच्छा एक चीज इतने मैं तुम तो दसना चाहती हूँ हम इन दे था मानवा नंबर है हम इन्ना नंबर आनु की कहते जनरल जिमें तो आधे सारे आंधे नाम पर जे जनरल कही है तो उसी बार में साइंस स्टूडेंट वो में जनरली इन्ना नु की कहना वो पता होना चाहिए क्योंकि अगले क्वेश्चन जो काम आए ए पहली रो दा पहला कॉलम पहला रो पहला कॉलम पहली रो दूजा वन थ्री पहली रो तीजा कॉलम एवं दूजी रो पहला कॉलम हाँ जी टू थ्री डी वन डी टू डी हूँ आप इक्वालिटी करनी है कि दो मैट्रिसेस कदों इक्वल होंगे दो मैट्रिसेस कदों इक्वल होंगे दो गल्लां पूरी होनी चाहिए दो शर्त। पहली शर्त ऑर्डर सेम होना चाहिए जे इधर दो बाय दो है तो उन्हें बराबर भी दो बाय दो नाल ही होंगे दो बाय तीन नाल नहीं होगा। ठीक है दूजी शर्त कि पहली एलिमेंट ने पहले दे बराबर दूजी ने दूजे दे बराबर तीजी ने तीजी दे चौथे ने चौथे ते ओ
ਪਹਿਲੀ ਇੱਧਰਲੋ ਜਿਹੜੀ ਆਪਾਂ ਐਲੀਮੈਂਟ ਲਵਾਂਗੇ ਇੱਧਰੋਂ ਉਸੇ ਪਾਸੇ ਦੇ ਉਸੇ ਨੰਬਰ ਵਾਲੇ ਦੇ ਬਰਾਬਰ ਹੋਊਗਾ ਜੇ ਆਰਡਰ ਸੇਮ ਹੋਊਗਾ। ਮੰਨ ਲਓ ਇੱਧਰ ਦੋ ਲਾਈਨਾਂ 'ਚ ਦਸ ਬੱਚੇ ਬੈਠੇ, ਇੱਧਰ ਦੋ ਲਾਈਨਾਂ 'ਚ ਦਸ ਬੱਚੇ ਬੈਠੇ। ਆਪਾਂ ਕਹਿੰਦੇ ਵਾਰੀ ਵਾਰੀ ਸੀ, ਪਹਿਲਾਂ ਪਹਿਲਾਂ ਬੱਚਾ ਉੱਠੀ ਚਲੋ ਇੱਕ ਦੂਜੇ ਨਾਲ ਇਕੱਠੇ ਬਹਿ ਜਾਓ, ਤਾਂ ਫਿਰ ਜੇ ਸਾਰੇ ਬੱਚੇ ਬਰਾਬਰ ਬਰਾਬਰ ਹੋਣਗੇ ਉਨੇ ਉਨੇ ਹੋਣਗੇ ਤਾਂ ਹੀ ਜੋੜੇ ਬਣਨਗੇ। ਜੇ ਇੱਕ 'ਚ ਘੱਟ ਹੋਊਗਾ ਵੱਧ ਹੋਊਗਾ ਫਿਰ ਤਾਂ ਅੱਖੀ 'ਚ ਬੱਚਾ ਇਕੱਲਾ ਰਹਿ ਜਾਊਗਾ। ਤਾਂ ਇਸਦਾ ਮਤਲਬ ਬਰਾਬਰ ਮੈਟ੍ਰਿਸਿਸ ਉਦੋਂ ਹੀ ਹੋਣਗੇ ਜਦੋਂ ਪਹਿਲੀ ਸ਼ਰਤ ਆਰਡਰ ਸੇਮ ਹੋਊਗਾ, ਨੰਬਰ ਆਫ ਰੋਸ ਤੇ ਨੰਬਰ ਆਫ ਕਾਲਮਸ ਬਰਾਬਰ ਹੋਣਗੇ। ਦੂਜੀ ਗੱਲ, ਉਹਨਾਂ ਦੀ ਪਹਿਲੀ ਐਲੀਮੈਂਟ ਪਹਿਲੀ ਦੇ, ਦੂਜੀ ਦੂਜੀ ਦੇ, ਤੀਜੀ ਤੀਜੀ ਦੇ, ਚੌਥੀ ਚੌਥੀ। ਆਪਾਂ ਦੋ ਨਾਲ ਦੋ ਨਾਲ ਇੱਧਰ ਹੀ ਗੁਣਾ ਕਰ ਲਈਏ ਕਿ ਆਪਾਂ ਤਿੰਨ ਨਾਲ ਹੀ ਕਰ ਸਕਦੇ ਹਾਂ ਇੱਕ ਦੇ ਨਾਲ ਦੋ ਨਾਲ ਦੋ ਕਿਵੇਂ ਬਣਾ ਦੇਣੇ ਕਰ ਲਈਏ ਇੱਧਰ ਦੋ ਆ ਪਹਿਲਾ ਰੋ ਜਿਵੇਂ ਸੋ ਮੰਨ ਲਓ ਤੇ ਇੱਧਰ ਵੀ ਦੋ ਰੋ ਆ ਹਾਂ ਇਹ ਦੋ ਸੇਮ ਹੀ ਹੋਣੇ ਇਹਦੇ ਵੀ ਤਿੰਨ ਵੀ ਹੋ ਸਕਦੇ ਨਹੀਂ ਸੇਮ ਹੀ ਹੋ ਤਾਂ ਹੀ ਤਾਂ ਬਰਾਬਰ ਹੋਊਗਾ। ਜੇ ਉਹ ਕਹਿੰਦਾ ਕਿ ਇਕੁਐਲਿਟੀ ਹੈ, ਜੇ ਉਹ ਕਹਿੰਦਾ ਕਿ ਇਹ ਦੋਵੇਂ ਇਕੁਅਲ ਹੈ ਤਾਂ ਫਿਰ ਹਰ ਹਾਲ 'ਚ ਮੰਨ ਲਓ ਆਹ ਹੈ ਆਹ ਉਹ ਕਹਿੰਦਾ ਦੋਵੇਂ ਮੈਟ੍ਰਿਸਿਸ ਇਕੁਅਲ ਹੈ, ਕਹਿਣ ਦੀ ਲੋੜ ਨਹੀਂ ਕਿਉਂਕਿ ਉਹਨੇ ਪਹਿਲਾਂ ਹੀ ਦਿਖਾਇਆ ਹੋਇਆ ਦੋਵਾਂ ਦੇ ਵਿੱਚ ਬਰਾਬਰ ਦਾ ਨਿਸ਼ਾਨ ਪਾਇਆ। ਇਸ ਕਰਕੇ ਸ਼ਬਦਾਂ 'ਚ ਕਹਿਣ ਦੀ ਲੋੜ ਨਹੀਂ, ਆਪਾਂ ਨੂੰ ਉਹਨੇ ਪਹਿਲਾਂ ਹੀ ਸਿੰਬਲ ਦਿੱਤਾ ਕਿ ਦੋਵੇਂ ਮੈਟ੍ਰਿਸਿਸ ਕੀ ਹੈ ਬਰਾਬਰ। ਤਾਂ ਇਸਦਾ ਮਤਲਬ ਪਹਿਲੀ ਐਲੀਮੈਂਟ ਇਹਦੇ ਬਰਾਬਰ ਹੋਊਗਾ ਛੇ, ਐਕਸ ਪਲੱਸ ਵਾਈ ਬਰਾਬਰ ਕਿੰਨਾ ਹੋ ਰਿਹਾ ਦੋ, ਦੋ ਦੇ ਬਰਾਬਰ ਹੈ, ਇਹਨੂੰ ਲਿਖਣ ਦੀ ਲੋੜ ਨਹੀਂ ਕਿਉਂਕਿ ਇਹਦੇ ਕੋਈ ਐਕਸ ਆਈ ਹੈ। ਪੰਜ ਪਲੱਸ ਜ਼ੈਡ ਤਿੰਨ ਦੇ ਬਰਾਬਰ ਹੈ ਪੰਜ। ਹੁਣ ਇੱਥੇ ਇੱਕੋ ਹੀ ਨੰਬਰ ਅੰਗਰੇਜ਼ੀ ਇੱਥੇ ਰਿਜ਼ਲਟ ਹੈ ਨਾ, ਇੱਥੇ ਦੋ ਹੈ ਤਾਂ ਇਹਨੂੰ ਕਿਸੇ ਵੀ ਰਕਮ 'ਚ ਜਿੰਨੇ ਅੰਗਰੇਜ਼ੀ ਅੱਖਰ ਹੋਣਗੇ ਵੇਰੀਏਬਲਸ ਹੋਣਗੇ ਉਨੇ ਆਪਾਂ ਨੂੰ ਰਕਮਾਂ ਚਾਹੀਦੀਆਂ ਸੋਲਵ ਕਰਨ ਲਈ। ਇਹ ਯਾਦ ਰੱਖੋ ਇੱਥੇ ਐਕਸ ਵਾਈ ਦੋ ਵੇਰੀਏਬਲਸ ਹੈ ਨਾ, ਤਾਂ ਘੱਟੋ ਘੱਟ ਆਪਾਂ ਨੂੰ ਦੋ ਸਟੇਟਮੈਂਟਸ ਚਾਹੀਦੀਆਂ ਜੇ ਆਪਾਂ ਐਕਸ ਤੇ ਵਾਈ ਦੋਵਾਂ ਦਾ ਮੁੱਲ ਚਾਹੁੰਦੇ ਹਾਂ ਕੱਢਣਾ। ਇੱਥੇ ਤਾਂ ਹੁਣ ਕਹਿੰਦਾ ਇੱਕੋ ਹੀ ਆ, ਤਾਂ ਇੱਕ ਇਹਦੇ ਨਾਲ ਨਿਕਲ ਚੱਲੂਗਾ, ਪੰਜ ਨੂੰ ਉੱਧਰ ਲੈ ਕੇ ਜਾਊਗੀ ਤਾਂ ਕੀ ਬਣ ਜੂਗਾ, ਪੰਜ ਮਾਈਨਸ ਪੰਜ ਕਿੰਨਾ ਹੋ ਗਿਆ ਜ਼ੀਰੋ, ਯਾਨੀ ਕਿ ਜ਼ੈਡ ਦਾ ਮੁੱਲ ਆ ਗਿਆ। ਹੁਣ ਫੋਰਥ ਕੀ ਹੈ, ਐਕਸ ਵਾਈ ਬਰਾਬਰ 8। ਹੁਣ ਟੈਂਥ ਵਿੱਚ ਆਪਾਂ ਐਲੀਮੀਨੇਸ਼ਨ ਮੈਥਡ, ਕ੍ਰੋਸ ਮਲਟੀਪਲਾਈ ਮੈਥਡ, ਸਾਰੇ ਮੈਥਡ ਕੀਤੇ ਹੈ ਨਾ, ਜਿਹੜਾ ਮਰਜ਼ੀ ਦੱਸੋ ਕਿਹੜਾ ਲਾਣਾ। ਕ੍ਰੋਸ ਮੈਥਡ ਉੱਥੇ ਬੇਟਾ ਜ਼ਿਆਦਾਤਰ ਲੱਗਦਾ ਜਿੱਥੇ ਆਪਾਂ ਨੂੰ ਦੋਨਾਂ ਹੀ ਇੱਦਾਂ ਦੀਆਂ ਰਕਮਾਂ ਦਿੱਤੀਆਂ। ਹੁਣ ਇੱਥੇ ਇੱਕ ਰਕਮ ਦਾ ਪਲੱਸ ਆਉਂਦਾ, ਦੂਜੀ ਰਕਮ ਕਿਹੜੀ ਹੈ ਮਲਟੀਪਲਾਈ, ਤਾਂ ਇਸ ਦਾ ਮਤਲਬ ਇੱਥੇ ਸਬਸਟੀਟਿਊਸ਼ਨ ਮੈਥਡ ਲੱਗੂਗਾ। ਮਤਲਬ ਇਹਦੇ ਚੋਂ ਇੱਕ ਚੋਂ ਐਕਸ ਦਾ ਵੈਲਿਊ ਕੱਢਾਂਗੇ, ਦੂਜੇ ਚ ਭਰਾਂਗੇ। ਹੁਣ ਇਹਦੇ ਤੋਂ ਦੱਸੋ ਕਿੰਨੀ ਕੱਢੀ, ਬ੍ਰੈਕਿਟ 6 ਮਾਈਨਸ ਐਕਸ ਬਰਾਬਰ
हम x into 6 6x minus x into x बराबर हूँ आप सारी चीज़ें मैं क्यों क्यों लगे जाए इधर ही कर सकते हैं अब आखिर ले आप बराबर डिवाइड करते हैं वहाँ कार्टा जिधर मर्जी सकते हैं चाहे तो फिर मान लो आप x square plus 6x चाहे आप इधर ले लो है ना या मैं इन्हों उधर ले देनी है मतलब 8 minus 6x plus x square बराबर जीरो केड़ा सही है सही ना दो में ही है केड़ा सॉफ्ट है दो में सही है दो माना सॉल्व कर सकते हो आंसर बिल्कुल सेम आंगे पर केड़ा सॉफ्ट है मानो तुसी मोगे इतो मोगे जाना या जलंधर जाना रस्ते दा सॉफ्ट है पिंडा चो होके भी जाना है ना सिटी जीटी रोड भी जाना तुसी केड़ा रस्ते जाओ की देखोगे ये रस्ते केड़े सौखा सड़क भी पूरी बनी हो जे सड़क सीधी टुटी हो तो भी ज्यादा टाइम लगूगा तो फिर यही चीजा देखोगे हम मैथ आप सीखते हैं कि आप चीज सौखे तरीके निकलती हूँ इन्होंने दोवे चो दसो कि सौखा है हमेशा याद रखो आप इंसान प्लस वाले ना सौखा रखते हैं इतने बड़ी रकम कि है एक्स स्केयर उनका साइन कि ज्यादा सौखा क्योंकि जो तो फैक्टर्स बनाने होंगे है ना तो आप बड़ी रकम के बाहर वाला फैक्टर साइन का देख रहे क्यों नहीं देख रहे क्योंकि आप ऑटोमैटिक अपना दिमाग कहते कि उनके बाहर कड़ा साइन है प्लस हूँ देखो मैं तुम कर देखा नहीं मैं सही तरह लिख गया सीक्वेंस वाइज पहला एक्स स्केयर माइनस 3x प्लस 8 हम फैक्टर्स की में बनाई है केड़ा तरीका पता दो फैक्टर्स बना लो जी सर सिंपल है जी दोनों ने जोड़ा है ना जी एक गुना कर ए ए सी ने जोड़ हां ते बी ने फैक्टर का कौन ने गुना है ऐवे कह लो पहली ते तीसरी रकम ने गुना जी जी इथे की है ए ए ये गुना में बराबर होनी चाहिए यानी कि कोई एदा का जोड़ा लगना है पेयर जिन्हों गुना करना फिर दसवीं का जरा क्वाड्रेटिक फॉर्मूला वो लाइक ये प्लस वन है ना अठ एक अठ दो चौकी अठ भी होंगे चार गुना अठ भी होंगे x स्क्वायर माइनस 4x प्लस माइनस 2x प्लस 8 बराबर इनमें जो x बाहर कटिया x माइनस 4 इनमें जो माइनस 2 बाहर कटिया x माइनस 4 यहाँ क्या सा कितना आ गया जी x माइनस प्लस 4 रखते हैं प्लस 9 प्लस 2 x माइनस 4 पे x प्लस 2 बराबर 0 यानी कि x बराबर x माइनस 4 बराबर 0 x प्लस
ਨੂੰ 2 ਬਰਾਬਰ 0 x ਇਨ ਆ ਗਿਆ ਮਾਈਨਸ 2 x ਇਨ ਆ ਗਿਆ 4 ਕਿੰਨਾ ਜਾਣਾ ਸੀ ਹੁਣ ਜੇ ਤੁਸੀਂ ਕਹਿੰਦੇ ਹੋ ਆ ਸੋ ਇੱਥੇ ਬੇਟਾ x ਸਕੁਅਰ ਦਾ ਸਾਈਨ ਕਿੰਨਾ ਹੈ ਮਾਈਨਸ ਹੁਣ ਇੱਥੇ ਮੈਂ ਮਾਈਨਸ ਆਉਂਦਾ ਤੇ ਫਿਰ ਮਾਈਨਸ 8 ਦੇ ਫੈਕਟਰਸ ਕੱਢਨੇ ਔਖੇ ਲੱਗਦੇ ਆ ਆਪਣਾ ਸਾਈਨ ਪਲੱਸ ਨੂੰ ਸੌਖਾ ਮੰਨ ਕਿਉਂਕਿ ਸ਼ੁਰੂ ਤੋਂ ਕੰਡੀਸ਼ਨਿੰਗ ਹੈ ਕਿਉਂਕਿ ਪਲੱਸ ਦਾ ਸਾਈਨ ਦਿਖਦਾ ਨਹੀਂ ਆਪਾਂ ਨੂੰ ਨਹੀਂ ਦਿਖਦਾ ਨਾ ਮਾਈਨਸ ਆਪਾਂ ਨੂੰ ਲਾਉਣਾ ਪੈਂਦਾ ਪਲੱਸ ਜਿੱਥੇ ਨਹੀਂ ਹੁੰਦਾ ਆਪਾਂ ਉੱਥੇ ਕੀ ਕਹਿੰਦੇ ਕਿਹੜਾ ਸਾਈਨ ਹੈ ਮੈਡਮ ਕੀ ਹੋਗਾ ਜਿਹੜਾ ਤੁਸੀਂ ਕਾਮਨ ਕੱਢਿਆ ਸੀਗਾ ਪਲੱਸ 2 ਉੱਥੇ ਮਾਈਨਸ ਕੀ ਹੋਣੀ ਮਾਈਨਸ ਕੀ ਹੋਣੀ ਹਾਂ ਜੀ ਇੱਥੇ ਲਿੰਗ 2 ਪਲੱਸ ਬਣ ਜਾਣਾ ਫਿਰ ਇੱਥੇ ਹੋ ਗਿਆ ਮਾਈਨਸ ਤੇ ਇੱਥੇ ਕੀ ਹੋ ਗਿਆ ਅੱਛਾ x 4 ਤੇ x 2 ਆ ਗਿਆ ਪੱਕੀ ਗੱਲ ਹੈ ਇਹ ਹੋ ਗਿਆ ਹੁਣ ਆਪਣੇ ਕੋਲ ਯਾਨੀ ਕਿ 4 ਤੇ 2 ਫੈਕਟਰ ਆ ਗਏ ਠੀਕ ਹੈ ਜੀ ਹੁਣ x ਦਾ ਆ ਗਿਆ 4 ਤੇ 2 ਹੁਣ ਆਪਾਂ y ਦੀ ਕੱਢਿਆ ਸੀ ਤਾਂ ਸੀ 6 x ਹਾਂ y 6 4 ਕਿੰਨਾ ਹੋ ਗਿਆ 2 y 6 2 ਕਿੰਨਾ ਹੋ ਗਿਆ 4 ਠੀਕ ਹੈ ਜੀ ਯਾਨੀ ਕਿ x ਤੇ y ਦਾ ਮੁੱਲ ਆ ਗਿਆ 2 ਤੇ 4 ਹੁੰਦਾ ਵੀ 2 4 ਤੇ ਹੁੰਦਾ ਵੀ 2 ਸਮਝ ਲੱਗ ਗਈ ਜਿਹੜੇ 2 4 2 4 ਆ ਗਿਆ ਹਾਂ ਸਮਝ ਲੱਗ ਗਈ ਪੱਕੀ ਗੱਲ ਹੈ